बीते दिन दीप सिद्धू दे एक साथी दा शरेआम गोलियां मार के कतल कर दिता गया सी ते हुण उस कतल मामले नूं लैके वड्डा अपडेट सामने आया। जी हां, दस दिए कि कातला दीआं तस्वीरां हुण पुलिस दे वल्लों जारी कर दित्तियां गईआं ने। दस दिए कि सीसीटीवी तस्वीरां दे विच साफ देखिया जा सकदा है कि दो हमलावरां दे वल्लों इस वारदात नूं अंजाम दिता गया। दरअसल पूरा मामला की है तो तुहानूं दस दिए कि फरीदकोट के पिंड हरीनो दे विच एक गुरप्रीत सिंह नामक शख्स का शरेआम गोलियां मार के कतल कर दिता गया सी ते हमलावर मौके तो फरार हो गई सी। हालांकि जो ये गुरप्रीत सिंह दस्या जा रहा वह दीप सिद्धू का काफ़ी करीबी मनिया जाता सी, जो कि जदों सरपंची उम्मीदवार के हक दे विच चोण प्रचार करके अपने घर वापस आ रहा सी तां गली दे विच उसनू घेर के गोलियां मारियां जांदियां ने। हालांकि गोलियां चलाउण दी वीडियो भी बीते दिन सीसीटीवी सामने आई सी, जिस दे विच साफ देखा जा सकता है कि जिस शख्स दे वल्लों गोलियां मारियां गईयां घटना को अंजाम देने तो बाद भजदा दिखाई दे रहा है तो उस सीसीटीवी दे विच गोलियां चलन की भी साफ आवाज़ सुनाई दे रही थी। तो हुण उस कतल मामले को लैके जदों सिख जथेबंदियां इकट्ठियां हुई तो पुलिस दे वल्लों मामला दर्ज करके अगली जांच शुरू कर दी गई ते नाल ही एक सिट का भी गठन किया गया जो कि जल्द ही इन दोषियों को काबू करेगी ते कारणा का पता लगाया जाएगा कि आखिर इस गुरप्रीत सिंह नूं गोलियां क्यों मारियां गईयां ने। तां फरीदकोट के पिंड हरीनो तो यह मामला सामने आया सी, उत्थे हुण कुछ सिख जथेबंदियां मौके दे उत्ते पहुंचियां ने जिन्हां ने गुरप्रीत सिंह का संस्कार करन तो साफ मना कर दिता। उन्हां दा कहना है कि जदों तक पुलिस दोषियों नूं गिरफ्तार नहीं करदी उदों तक गुरप्रीत सिंह का संस्कार नहीं किया जाएगा। ਜਿੱਥੇ ਜਿਹੜੀ ਹਰੀਨੋ ਚ ਗੁਰਪ੍ਰੀਤ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਉਹਦੇ 'ਚ ਅਸੀਂ ਜਦੋਂ ਤਫਤੀਸ਼ ਕਰ ਰਹੇ ਸਾਂ ਤਾਂ ਸਾਨੂੰ ਸੀ ਸੀ ਟੀ ਵੀ ਦੇ ਚੈੱਕ ਕੀਤੇ ਉਹਦੇ ਮਾਧਿਅਮ ਰਾਹੀਆਂ ਜਿਹੜੀਆਂ ਵੀਡੀਓਜ਼ ਹੈ ਅਤੇ ਜਾਂ ਫੋਟੋਜ਼ ਨੇ ਇਹ ਸਾਨੂੰ ਲੱਭੀਆਂ ਨੇ। ਇਹ ਅਸੀਂ ਇਹਨਾਂ ਨੂੰ ਸਸਪੈਕਟ ਮੰਨ ਕੇ ਚੱਲ ਰਹੇ ਹੈਗੇ ਹਾਂ ਜਿਨ੍ਹਾਂ ਨੇ ਇਸ ਜੁਰਮ 'ਚ ਵਾਰਦਾਤ 'ਚ ਭਾਗ ਲਿਆ ਹੈਗਾ ਅਤੇ ਅਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿਸ ਨੂੰ ਵੀ ਇਹੋ ਜਿਹੇ ਬੰਦਿਆਂ ਦੀ ਜਾਂ ਇੱਧਰ ਦੇ ਹੁਲੇ ਦੇ ਬੰਦਿਆਂ ਦੀ ਜਿੰਨਾ ਕੋਈ ਇੱਦਾਂ ਦਾ ਮੋਟਰਸਾਈਕਲ ਹੈ ਜਿਹੜਾ ਕਿ ਲਾਲ ਰੰਗ ਦਾ ਕਿਹਾ ਜਾਂਦਾ ਹੈ ਕੋਈ ਜਾਣਕਾਰੀ ਹੈ ਤਾਂ ਤੁਰੰਤ ਫਰੀਦਕੋਟ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ। ਜਿੱਦਾਂ ਕਿ ਨੰਬਰ 1-800-1434-5311 ਇਹ ਸਾਡੇ ਐਸ ਪੀ ਜੀ ਸਾਹਿਬ ਦਾ ਹੈਗਾ 98-158-00-445 ਇਹ ਡੀ ਐਸ ਪੀ ਕੋਟਪੂਰਾ ਦਾ ਹੈਗਾ ਜੀ ਅਤੇ 98-600-99-7024 ਕਿਸੇ ਨੂੰ ਵੀ ਕੋਈ ਵੀ ਜਾਣਕਾਰੀ ਇਹਨਾਂ ਬੰਦਿਆਂ ਬਾਰੇ ਹੈ ਤਾਂ ਸਾਨੂੰ ਤੁਰੰਤ ਦੱਸੀ ਜਾਵੇ। ਜਾਣਕਾਰੀ ਦੱਸਣ ਵਾਲੇ ਦਾ ਜਿਹੜਾ ਹੈ ਕਿ ਨਾਂ ਪੂਰਾ ਗੁਪਤ ਰੱਖਿਆ ਜਾਏਗਾ। ਬੀਤੇ ਦਿਨਾਂ ਦੀਪ ਸਿੱਧੂ ਦੇ ਇੱਕ ਸਾਥੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਉਸ ਕਤਲ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ। ਜੀ ਹਾਂ, ਦੱਸ ਦਈਏ ਕਿ ਕਾਤਲਾ ਦੀਆਂ ਤਸਵੀਰਾਂ ਹੁਣ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋ ਹਮਲਾਵਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਅਸਲ ਪੂਰਾ ਮਾਮਲਾ ਕੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਹਰੀਨੋ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਨਾਮਕ ਸ਼ਖਸ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਈ ਸੀ। ਹਾਲਾਂਕਿ ਜੋ ਇਹ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਉਹ ਦੀਪ ਸਿੱਧੂ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਸੀ, ਜੋ ਕਿ ਜਦੋਂ ਸਰਪੰਚੀ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਗਲੀ ਦੇ ਵਿੱਚ ਉਸਨੂੰ ਘੇਰ ਕੇ ਗੋਲੀਆਂ ਮਾਰੀਆਂ ਜਾਂਦੀਆਂ ਨੇ। ਹਾਲਾਂਕਿ ਗੋਲੀਆਂ ਚਲਾਉਣ ਦੀ ਵੀਡੀਓ ਵੀ ਬੀਤੇ ਦਿਨਾਂ ਸੀਸੀਟੀਵੀ ਸਾਹਮਣੇ ਆਈ ਸੀ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਿਸ ਸ਼ਖਸ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਭੱਜਦਾ ਦਿਖਾਈ ਦੇ ਰਿਹਾ ਤੇ ਉਸ ਸੀਸੀਟੀਵੀ ਦੇ ਵਿੱਚ ਗੋਲੀਆਂ ਚੱਲਣ ਦੀ ਵੀ ਸਾਫ ਆਵਾਜ਼ ਸੁਣਾਈ ਦੇ ਰਹੀ ਸੀ। ਤਾਂ ਹੁਣ ਉਸ ਕਤਲ ਮਾਮਲੇ ਨੂੰ ਲੈ ਕੇ ਜਦੋਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਨਾਲ ਹੀ ਇੱਕ ਸਿੱਟ ਦਾ ਵੀ ਗਠਨ ਕੀਤਾ ਗਿਆ ਜੋ ਕਿ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਕਾਬੂ ਕਰੇਗੀ ਤੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਕਿ ਆਖਰ ਇਸ ਗੁਰਪ੍ਰੀਤ ਸਿੰਘ ਨੂੰ ਗੋਲੀਆਂ ਕਿਉਂ ਮਾਰੀਆਂ ਗਈਆਂ ਨੇ। ਤਾਂ ਫਰੀਦਕੋਟ ਦੇ ਪਿੰਡ ਹਰੀਨੋ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ, ਉੱਥੇ ਹੁਣ ਕੁਝ ਸਿੱਖ ਜਥੇਬੰਦੀਆਂ ਮੌਕੇ ਦੇ ਉੱਤੇ ਪਹੁੰਚੀਆਂ ਨੇ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਦਾ ਸੰਸਕਾਰ ਕਰਨ ਤੋਂ ਸਾਫ ਮਨਾ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਦੋਂ ਤੱਕ ਗੁਰਪ੍ਰੀਤ ਸਿੰਘ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਜਿੱਥੇ ਜਿਹੜੀ ਹਰੀਨੋ 'ਚ ਗੁਰਪ੍ਰੀਤ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਉਹਦੇ 'ਚ ਅਸੀਂ ਜਦੋਂ ਤਫਤੀਸ਼ ਕਰ ਰਹੇ ਸਾਂ ਤਾਂ ਸਾਨੂੰ ਸੀ ਸੀ ਟੀ ਵੀ ਦੇ ਚੈੱਕ ਕੀਤੇ ਉਹਦੇ ਮਾਧਿਅਮ ਰਾਹੀਆਂ ਜਿਹੜੀਆਂ ਵੀਡੀਓਜ਼ ਹੈ ਅਤੇ ਜਾਂ ਫੋਟੋਜ਼ ਨੇ ਇਹ ਸਾਨੂੰ ਲੱਭੀਆਂ ਨੇ। ਇਹ ਅਸੀਂ ਇਹਨਾਂ ਨੂੰ ਸਸਪੈਕਟ ਮੰਨ ਕੇ ਚੱਲ ਰਹੇ ਹੈਗੇ ਹਾਂ ਜਿਨ੍ਹਾਂ ਨੇ ਇਸ ਜੁਰਮ 'ਚ ਵਾਰਦਾਤ 'ਚ ਭਾਗ ਲਿਆ ਹੈਗਾ
ਅਤੇ ਅਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜੇ ਇਸ ਨੂੰ ਵੀ ਇਹੋ ਜਿਹੇ ਬੰਦਿਆਂ ਦੀ ਜਾਂ ਇੱਧਰ ਦੇ ਹੁਲੇ ਦੇ ਬੰਦਿਆਂ ਦੀ ਜਿੰਨਾ ਕੋਈ ਇੱਦਾਂ ਦਾ ਮੋਟਰਸਾਈਕਲ ਹੈ ਜਿਹੜਾ ਕਿ ਲਾਲ ਰੰਗ ਦਾ ਕਿਹਾ ਜਾਂਦਾ ਹੈ ਕੋਈ ਜਾਣਕਾਰੀ ਹੈ ਤਾਂ ਤੁਰੰਤ ਫਰੀਦਕੋਟ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ। ਜਿੱਦਾਂ ਕਿ ਨੰਬਰ 1-800-1434-5311 ਇਹ ਸਾਡੇ ਐਸ ਪੀ ਜੀ ਸਾਹਿਬ ਦਾ ਹੈਗਾ। 98-158-00-445 ਇਹ ਡੀ ਐਸ ਪੀ ਕੋਟਪੂਰਾ ਦਾ ਹੈਗਾ ਜੀ। ਅਤੇ 98-600-99-7024 ਇਹ ਸਾਡੇ ਐਸ ਪੀ ਸਾਹਿਬ ਦਾ ਹੈਗਾ। ਕਿਸੇ ਨੂੰ ਵੀ ਕੋਈ ਵੀ ਜਾਣਕਾਰੀ ਇਹਨਾਂ ਬੰਦਿਆਂ ਬਾਰੇ ਹੈ ਤਾਂ ਸਾਨੂੰ ਤੁਰੰਤ ਦੱਸੀ ਜਾਵੇ। ਜਾਣਕਾਰੀ ਦੱਸਣ ਵਾਲੇ ਦਾ ਜਿਹੜਾ ਹੈ ਕਿ ਨਾਂ ਪੂਰਾ ਗੁਪਤ ਰੱਖਿਆ ਜਾਏਗਾ।